ये सरकारां दा पता ही नहीं लग रहा जी। कदे तां इह कह दिंदे ने फीसां माफ होणगीआं, कदे कह दिंदे ने फीसां लगणगीआं। इहनां दी इही नहीं समझ आ रही, इहनां नूं अपने आप नूं नहीं पता वी असीं अज्ज की बयान देता, कल नूं की बयान देता। कारपोरेट घराने के करजे माफ करी जाते हैं, मुकेश चौकसिया इदा के कई डिफाल्टर बंद जद राहत दे सकते, तो मध्य वर्ग को क्यों नहीं दे सकते। साढ़े छे बजे में साड़ियाँ दुकाना पुलिस वाले ऐ बंद करवा आते हैं, जिमें कोई असी चोर होइए, ए आके हूटर मारते हैं भी दुकानदार अद्धा का बेचारे बिच कम छट के गाहक फटाफट बाहर क्ढना पैंदा जी। इधरों एक साइड कोर्ट कह रहे भी 70% फीस वसूल सकते हो तुम, पर जो उन्होंने नाल जिहड़े मतलब मैनेजमेंट है प्राइवेट स्कूलों की गल करते हैं तो वह कह देंगे असी तो 13% भी नहीं घटाने को तैयार है, वह मतलब उन्हों की उलंघना कर रहे हैं। लहरा काका दे मूणक विखे स्कूल फीसां नूं लै के मापिआं ने SDM दफ्तर मूणक विखे रोस प्रदर्शन किया है। धरने नूं संबोधन करदिआं वख-वख आगूआं ने दस्सिआ कि स्कूल बंद पए हन अते स्कूलां विच विद्यार्थियों वल्लों कोई भी ट्रांसपोर्ट बिल्डिंग आदि नहीं वरती जा रही, पर फिर भी निजी स्कूल प्रबंधकों वल्लों वार वार फोन करके विद्यार्थियों के मापिआं ते जबरी फीसां भरन लई दबाव पाया जा रहा है, पर मापे बंद पे स्कूलों दीआं फीसां नूं किसी भी कीमत उत्ते भरन लई राजी नहीं हन। इस मौके मापिआं ने कहा जिथे सरकार वल्लों वड्डे वड्डे कारपोरेट घराणियां दे मालकां दे टैक्स मुआफ़ किए जा रहे हैं, उत्थे ही उन्हां दे देश दे भविख बनने वाले बच्चों नूं फीसां विच छोट क्यों नहीं दिती जा रही। उत्थे ही उन्हां दा कहना है कि सरकारां जेकर वड्डे वड्डे व्यापारियों नूं छोटां दे सकती है तो इन्हां छोटे किसानां छोटे दुकानदारां अते छोटे मजदूरां दे बच्चों दीआं फीसां विच छोट क्यों नहीं दिती जा सकती। गगनदीप कुमारी जी, धरना असी प्राइवेट स्कूलों वालों जी लॉकडाउन के दौरान नजायज फीस मंगी जा रही है उसके संबंध में लगाया जा रहा है, ता जो मापियां की मध्य वर्ग की लुट्ट को बचाया जा सके। ਕਿਵੇਂ ਦੇਖਦੇ ਹੋ ਕਿ ਕਿਸ ਤਰੀਕੇ ਦੀ ਫੀਸਾਂ ਜਿਹੜੇ ਨੇ ਵਸੂਲੇ ਜਾ ਰਹੇ ਨੇ, ਕਿਸ ਦੇ ਖਿਲਾਫ ਇਹ ਧਰਨਾ ਤੁਹਾਡੇ? ਇਹ ਧਰਨਾ ਸਾਡਾ ਸਰਕਾਰ ਦੇ ਖਿਲਾਫ ਹੈ, ਕਿਉਂਕਿ ਜੇਕਰ ਅਸੀਂ MLA ਜਾਂ MP ਚੁਣਦੇ ਹਾਂ ਤਾਂ ਸਰਕਾਰ ਆਪਦੇ ਵਾਸਤੇ ਚੁਣਦੇ ਹਾਂ, ਨਾ ਕਿ ਪ੍ਰਾਈਵੇਟ ਸੰਸਥਾ ਵਾਸਤੇ ਚੁਣਦੇ ਹਾਂ, ਕਿਉਂਕਿ ਸਰਕਾਰ ਚੁਣਦੇ ਕਾਹਦੇ ਵਾਸਤੇ? ਅਸੀਂ ਸਾਡੀਆਂ ਸਾਡੇ ਨਿਗਰਾਨੀ ਰੱਖੇ, ਸਾਡੀ ਲੁੱਟ ਹੋ ਰਹੀ ਆ ਉਸ 'ਤੇ ਕਾਬੂ ਪਾਵੇ, ਪਰ ਸਾਨੂੰ ਫਾਇਦਾ ਕੀ ਹੈ ਸਰਕਾਰ ਚੁਣੇ ਦਾ? ਸਰਕਾਰ ਉੱਪਰ ਫਰਮਾਨ ਜਾਰੀ ਕਰ ਰਹੇ ਵੀ ਪ੍ਰਾਈਵੇਟ ਸਕੂਲਾਂ ਦੀ ਫੀਸ ਮਾਫ਼ ਹੋਵੇ, ਅਸੀਂ ਆਪਦੇ ਵੱਲੋਂ ਦੇਵਾਂਗੇ, ਪਰ ਸਰਕਾਰ ਅਜਿਹਾ ਕੁਛ ਨਹੀਂ ਕਰਦੀ। ਉਹ ਵੱਡੇ ਕਾਰਪੋਰੇਟ ਘਰਾਣੇ ਦੀ ਫੀਸ ਮਾਫ਼, ਕਾਰਪੋਰੇਟ ਘਰਾਣੇ ਦੇ ਕਰਜ਼ੇ ਮਾਫ਼ ਕਰੀ ਜਾਂਦੇ ਆ, ਮੁਕੇਸ਼ ਚੌਕਸੀਆ ਇੱਦਾਂ ਦੇ ਕਈ ਡਿਫਾਲਟਰ ਬੰਦਿਆਂ ਨੂੰ ਜਦ ਇਹ ਰਾਤ ਦੇ ਸਕਦੇ ਤਾਂ ਮੱਧ ਵਰਗ ਨੂੰ ਕਿਉਂ ਨਹੀਂ ਦੇ ਸਕਦੇ? ਹੁਣ ਇੱਕ ਪਾਸੇ ਸਰਕਾਰ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਦੁਬਾਰਾ ਤੋਂ ਲਾਗੂ ਕੀਤੀ ਹੈ 9ਵੀਂ ਤੋਂ ਲੈ ਕੇ ਪਲੱਸ ਤੱਕ ਦੀ, ਇਹਨੂੰ ਕਿਵੇਂ ਦੇਖਦੇ ਹੋ? ਇਹ ਬਹੁਤ ਮੰਦਭਾਗੀ ਘਟਨਾ। ਇੱਕ ਪਾਸੇ ਤਾਂ ਸਰਕਾਰ ਦਾ ਬਿਆਨ ਆਉਂਦਾ ਵੀ ਅਸੀਂ ਨਰਸਰੀ ਤੋਂ ਲੈ ਕੇ ਪਲੱਸ ਟੂ ਤੱਕ ਫੀਸ ਨਹੀਂ ਲਵਾਂਗੇ, ਪਰ ਹੁਣ ਉਹ ਕਦੇ ਬਿਆਨ ਬਦਲ ਦਿੰਦੀਆਂ ਨੇ, ਕਦੇ ਫੀਸ ਲਵਾਂਗੇ, ਕਦੇ ਰਜਿਸਟ੍ਰੇਸ਼ਨ ਫੀਸ। ਇਹ ਲੋਕਾਂ ਦੇ ਉਹਦੇ ਜੇਬਾਂ ਦੇ ਡਾਕੇ ਮਾਰ ਲੱਗ ਰਹੇ ਨੇ, ਕੁਛ ਤਾਂ ਕਰੋਨਾ ਨੂੰ ਤੰਗ ਕੀਤੇ ਜਾ ਰਹੇ ਨੇ, ਕੁਛ ਆ ਨਵੇਂ ਫਰਮਾਨ ਜਾਰੀ ਕਰਦੇ ਨੇ, ਕਦੇ ਲੋਕਡਾਊਨ ਦਾ, ਕਦੇ ਕੁਛ ਇੱਦਾਂ ਦੇ ਫਰਮਾਨ ਜਿਹੜੇ ਮੱਧ ਵਰਗ ਨੂੰ ਲੁੱਟਣ ਦੀ ਕੋਸ਼ਿਸ਼ ਕਰੀ ਜਾਂਦੀ ਹੈ, ਅਤੇ ਵੱਡੇ ਕਾਰਪੋਰੇਟ ਘਰਾਣੇ ਨੂੰ ਇਹ ਰਾਤਾਂ ਵੰਡੀ ਜਾਂਦੇ ਨੇ। ਅੱਗੇ ਕਿਸ ਤਰੀਕੇ ਦਾ ਰਹੇਗਾ ਇਸ ਤੋਂ ਬਾਅਦ, ਜੇਕਰ ਅੱਗੇ ਕਦਮ ਚੁੱਕਣਾ ਪਏ? ਜੇਕਰ ਅਸੀਂ ਇਸ ਕਦਮ 'ਤੇ ਕੋਈ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਅਸੀਂ ਲੋਕਾਂ ਨੂੰ ਦੁਬਾਰਾ ਮੁਹੱਲਿਆਂ 'ਚ ਗਲੀਆਂ 'ਚ ਜਾਵਾਂਗੇ, ਜਾਗਰੂਕ ਕਰਾਂਗੇ, ਉਹਨਾਂ ਦੇ ਹਿਸਾਬ ਨਾਲ ਕੋਈ ਪ੍ਰੋਗਰਾਮ ਦੁਬਾਰਾ ਉਲੀਕਾਂਗੇ। ਜਗਸੀਰ ਸਿੰਘ ਜੀ, ਪੀ ਸਿੰਘ ਜੀ, ਇਹਦਾ ਧਰਨਾ ਲਗਾਇਆ ਗਿਆ, ਕਿਸ ਨੂੰ ਲੈ ਕੇ ਲਗਾਇਆ ਗਿਆ? ਇਹ ਧਰਨਾ ਜੀ ਪਿਛਲੇ ਲੰਬੇ ਸਮੇਂ ਤੋਂ ਇੱਕ ਚੱਲ ਰਿਹਾ, ਇਹਨਾਂ ਨੇ ਪਹਿਲਾਂ ਮੁਜ਼ਾਹਰੇ ਵੀ ਕੀਤੇ ਹੈ, ਮੁਜ਼ਾਹਰਿਆਂ ਦੇ ਵਿੱਚ ਤੋਂ ਹੀ ਇੱਕ ਮਤਲਬ ਕਮੇਟੀ ਬਣਾਈ ਹੈ ਮਾਪਿਆਂ ਦੀ, ਮਾਪਿਆਂ ਦੀ ਕਮੇਟੀ ਦੇ ਬਣਾਉਣ ਤੋਂ ਬਾਅਦ ਉਹਨਾਂ ਨੇ ਪ੍ਰੋਗਰਾਮ ਦਿੱਤਾ ਵੀ SDM ਦਫ਼ਤਰ ਦੇ ਉੱਤੇ ਧਰਨਾ ਦਿੱਤਾ ਜਾਵੇ। ਉਹ ਧਰਨਾ ਕਿਉਂ ਦਿੱਤਾ ਜਾਵੇ? ਇਹਦੇ ਵਿੱਚ 3-4 ਮੰਗਾਂ ਹੈ ਜਿਹੜੀਆਂ ਮਤਲਬ ਨਜਾਇਜ਼ ਫੀਸਾਂ ਵਸੂਲੀਆਂ ਜਾ ਰਹੀਆਂ। ਇਧਰੋਂ ਇੱਕ ਸਾਈਡ ਕੋਰਟ ਕਹਿ ਰਿਹਾ ਵੀ 70% ਫੀਸ ਵਸੂਲ ਸਕਦੇ ਹੋ ਤੁਸੀਂ, ਪਰ ਜਦੋਂ ਉਹਨਾਂ ਦੇ ਨਾਲ ਜਿਹੜੇ ਮਤਲਬ ਮੈਨੇਜਮੈਂਟ ਹੈ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਦੇ ਆ ਤਾਂ ਉਹ ਕਹਿ ਦਿੰਦੇ ਆ ਅਸੀਂ ਤਾਂ 13% ਵੀ ਨਹੀਂ ਘਟਾਉਣ ਨੂੰ ਤਿਆਰ ਹੈਗੇ, ਉਹ ਮਤਲਬ ਉਹਨਾਂ ਦੀ ਉਲੰਘਣਾ ਕਰ ਰਹੇ ਹੈ। ਦੂਜੀ ਗੱਲ, ਜਦੋਂ ਮਤਲਬ ਕਿ ਇੱਕ ਸਾਈਡ ਕਹਿ ਰਹੇ ਆ ਕੈਪਟਨ ਸਰਕਾਰ ਕਿ ਅਸੀਂ ਆ ਜਿਹੜਾ ਸਰਕਾਰੀ ਸਕੂਲਾਂ ਨੂੰ 1 ਸਾਲ ਵਾਸਤੇ ਮੁਫਤ ਸਿੱਖਿਆ ਦੇਣ ਦਾ ਪ੍ਰਬੰਧ ਕਰ ਰਹੇ ਹਾਂ, ਪਰ ਦੂਜੀ ਸਾਈਡ ਇਹੀ ਨਾਲ ਦੀ ਨਾਲ ਪ੍ਰਾਈਵੇਟ ਸਕੂਲ ਹੈ ਜਿਹੜੇ ਇੱਧਰ
ਅੰਦਰੋਂ ਚੂੜੀ ਟੈਟ ਕਰ ਰਹੇ ਆ ਲੋਕਾਂ ਦੀ ਤੇ ਮਾਪਿਆਂ ਦੀ ਵਿਦਿਆਰਥੀਆਂ ਦੀ ਮਤਲਬ ਲੁੱਟ ਕਰਨ ਲਈ ਮਜਬੂਰ ਹੋਏ ਪਏ ਆ ਉਹਨਾਂ ਨੂੰ ਮਤਲਬ ਦੇਣੇ ਪੈਂਦੇ ਆ ਵੱਡੀ ਪੱਧਰ ਤੇ ਭਰੇ ਵੀ ਜਾ ਚੁੱਕੇ ਆ ਪਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਜਿਹੜੇ ਮਤਲਬ ਨਹੀਂ ਖੜੇ ਨਹੀਂ ਮਤਲਬ ਭਰੇ ਉਹਨਾਂ ਦੀ ਵਾਪਸ ਹੋਵੇ ਤੇ ਜਿਹੜੇ ਹਰੇ ਭਰਨ ਕਰੀ ਉਹ ਖੜੇ ਆ ਤਾਂ ਇਹਨਾਂ ਦੀਆਂ ਗੱਲਾਂ ਨੂੰ ਮੰਨਿਆ ਜਾਣ ਇਹਨਾਂ ਦਾ ਸੰਘਰਸ਼ ਜਿਹੜਾ ਇੱਕ ਸਾਈਡ ਲਾਕਡਾਊਨ ਲੱਗਿਆ ਹੋਇਆ ਸਾਰਿਆਂ ਨੂੰ ਪਤਾ ਇੱਕ ਘੱਗਰ ਮਾਰ ਦਾ ਇਲਾਕਾ ਹੈ ਆਈ ਸਾਲ ਇੱਥੇ ਮਗਰਲੀ ਵਾਰ ਵੀ ਫਲੱਡ ਆਇਆ ਉਹਨਾਂ ਦੇ ਮਤਲਬ ਪੈਸੇ ਹਜੇ ਤੱਕ ਰੁਕੇ ਹੋਏ ਆ ਉਹਨਾਂ ਦੇ ਕੋਲ ਉਹਨਾਂ ਦੇ ਪੈਸੇ ਨਹੀਂ ਹੈਗੇ ਤਾਂ ਇੱਥੇ ਮਾਪੇ ਇੱਕ ਸਾਈਡ ਜਿਹੜੀ ਬਾਦਲ ਆਪਣਾ ਇਹ ਕੈਪਟਨ ਸਰਕਾਰ ਕਹਿੰਦੀ ਹੈ ਵੀ ਘਰ ਘਰ ਰੁਜ਼ਗਾਰ ਦੇ ਦਾਂਗੇ ਸਿੱਖਿਆ ਮੁਫਤ ਦੇ ਦਾਂਗੇ ਸਿੱਖਿਆ ਦਾ ਪ੍ਰਬੰਧ ਮੁਫਤ ਕਰਾਂਗੇ ਲੜਕੀਆਂ ਨੂੰ PhD ਤੱਕ ਦੀ ਮੁਫਤ ਸਿੱਖਿਆ ਦੇਵਾਂਗੇ ਪਰ ਇਹ ਉਹਨਾਂ ਦੇ ਉਲਟ ਕਦਮਾਂ ਤੇ ਚੱਲੇ ਹੋਏ ਆ ਇਹ ਬਿਲਕੁਲ ਨਜਾਇਜ਼ ਹੈ ਇਹ ਉਦੋਂ ਤੱਕ ਹੈ ਜਿਹੜਾ ਧਰਨਾ ਜਾਰੀ ਰਹੂਗਾ ਜਦੋਂ ਤੱਕ ਇਹ ਮੰਗਾਂ ਮਸਲੇ ਨਹੀਂ ਮੰਨੇ ਜਾਂਦੇ ਸੀ ਇਹ ਇਹਨਾਂ ਦਾ ਅੱਜ ਦਾ ਪ੍ਰੋਗਰਾਮ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰਧਾਵਾ ਵੱਲੋਂ ਸਾਨੂੰ ਇਹ ਗੱਲ ਜਾਇਜ਼ ਲੱਗਦੀ ਹੈ ਕਿ ਹਰ ਇੱਕ ਵਿਅਕਤੀ ਦਾ ਹਰ ਇੱਕ ਮਨੁੱਖ ਦਾ ਅਧਿਕਾਰ ਹੈ ਵੀ ਉਸ ਨੂੰ ਸਸਤੀ ਤੇ ਪੱਕਾ ਰੁਜ਼ਗਾਰ ਮਿਲੇ ਅਸੀਂ ਇਸ ਆਪਣੇ ਐਲਾਨ ਤੇ ਵਿਧਾਨ ਦੇ ਮੁਤਾਬਕ ਅਸੀਂ ਇਸ ਸੰਘਰਸ਼ ਦੀ ਪੂਰੇ ਜ਼ੋਰ ਹਮੇਤ ਕਰਦੇ ਹਾਂ ਅਸੀਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏ ਹਾਂ ਜਦੋਂ ਅੱਗੇ ਇਸ ਐਕਸ਼ਨ ਲਿਖਣਗੇ ਅਸੀਂ ਪੂਰੇ ਜ਼ੋਰ ਨਾਲ ਡਟਵੇਂ ਹਮਾਇਤ ਕਰਾਂਗੇ ਅੱਜ ਵੀ ਕਰ ਰਹੇ ਹਾਂ ਇਹੀ ਸਾਡੀ ਗੱਲ ਸੀ ਕੀ ਨਾਮ ਹੈ ਜੀ ਮੇਰਾ ਨਾਮ ਬਲਵੀਰ ਸਿੰਘ ਰਿੰਕੂ ਸੈਣੀ ਹੈ ਰਿੰਕੂ ਸੈਣੀ ਜੀ ਜਿਹੜਾ ਧਰਨਾ ਲਗਾਇਆ ਗਿਆ SDM ਦਫ਼ਤਰ ਕਿਸ ਨੂੰ ਲੈ ਕੇ ਗਿਆ ਇਹ ਸਾਡਾ ਜੀ ਮਤਲਬ ਕਿ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਆਨਲਾਈਨ ਪੜ੍ਹਾਈ ਦੇ ਨਾਂ 'ਤੇ ਜਿਹੜੀ ਮਾਪਿਆਂ ਨਾਲ ਠੱਗੀ ਵੱਜ ਰਹੀ ਹੈ ਉਸ ਮਸਲੇ ਨੂੰ ਲੈ ਕੇ ਮਾਪਿਆਂ ਵੱਲੋਂ ਰੋਸ ਵਜੋਂ ਜਿੱਥੇ ਧਰਨਾ ਲਾਇਆ ਗਿਆ ਹੈ ਅਸੀਂ ਪਹਿਲਾਂ ਵੀ ਇੱਕ ਦਿਨ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਅਸੀਂ ਰੋਸ ਮੁਜ਼ਾਹਰਾ ਵੀ ਕੀਤਾ ਸੀ ਜਦੋਂ ਕਿ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਮਾਪਿਆਂ ਨੂੰ ਇਸ ਦਿਨ ਨੂੰ ਲੈ ਕੇ ਬਹੁਤ ਰੋਸ ਹੈ ਮਾਪਿਆਂ ਦੇ ਵਿੱਚ ਵੀ ਸਾਡੀ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਇੱਕ ਪਾਸੇ ਦੁਬਾਰੇ ਸਰਕਾਰ ਨੇ ਜਿਹੜੀਆਂ ਰਜਿਸਟ੍ਰੇਸ਼ਨ ਫੀਸਾਂ ਨੇ 9ਵੀਂ ਤੋਂ ਲੈ ਕੇ ਪਲੱਸ ਟੂ ਕਲਾਸ ਦੀਆਂ ਦੁਬਾਰੇ ਤੋਂ ਫਿਰ ਭਰਨ ਲਈ ਗਿਆ ਕਿਵੇਂ ਦੇਖਦੇ ਇਸ ਚੀਜ਼ ਨੂੰ ਇਹ ਸਰਕਾਰਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਜੀ ਕਦੇ ਤਾਂ ਇਹ ਕਹਿ ਦਿੰਦੇ ਨੇ ਫੀਸਾਂ ਮਾਫ ਹੋਣਗੀਆਂ ਕਦੇ ਕਹਿੰਦੇ ਫੀਸਾਂ ਲੱਗਣਗੀਆਂ ਇਹਨਾਂ ਦੀ ਇਹੀ ਨਹੀਂ ਸਮਝ ਆ ਰਹੀ ਇਹਨਾਂ ਨੂੰ ਆਪਣੇ ਆਪ ਨੂੰ ਨਹੀਂ ਪਤਾ ਵੀ ਅਸੀਂ ਅੱਜ ਕੀ ਬਿਆਨ ਦਿੱਤਾ ਕੱਲ ਨੂੰ ਕੀ ਬਿਆਨ ਦਿੱਤਾ ਇਹਨਾਂ ਦਾ ਕੋਈ ਮੰਤਰੀ ਕੁਛ ਬਿਆਨ ਦਿੰਦਾ ਕੋਈ ਮੰਤਰੀ ਕੁਛ ਬਿਆਨ ਕੋਈ ਇਹਨਾਂ ਫੀਸਾਂ ਲੱਗਣਗੀਆਂ ਕੋਈ ਇਹਨਾਂ ਨਹੀਂ ਭਰਨੀਆਂ ਫੀਸਾਂ ਇਸ ਕਰਕੇ ਮਾਪਿਆਂ 'ਚ ਸਹਿਮ ਦਾ ਮਾਹੌਲ ਹੈ ਕਿਸੇ ਤਰ੍ਹਾਂ ਵੀ ਕੋਈ ਸਮਝ ਨਹੀਂ ਆ ਰਹੀ ਕਿ ਤਾਂ ਉਹਨਾਂ ਦੇ ਬੱਚੇ ਘਰ ਬੈਠੇ ਨੇ ਕਿਸੇ ਤਰ੍ਹਾਂ ਦੀ ਪੜ੍ਹਾਈ ਨਹੀਂ ਹੋ ਰਹੀ ਬੱਚੇ ਮੈਨੂੰ ਮਾੜੀਆਂ ਆਦਤਾਂ ਪੈ ਗਈਆਂ ਮੋਬਾਈਲ ਦੇ ਲੈ ਕੇ ਦੇਣੇ ਪੈ ਗਏ ਮਹਿੰਗੇ ਖਰਚੇ ਰਿਚਾਰਜ ਕਰਵਾਉਣੇ ਪੈ ਗਏ ਸਾਨੂੰ ਇਸ ਨੂੰ ਲੈ ਕੇ ਮਾਪਿਆਂ ਵਿੱਚ ਭਾਰੀ ਰੋਸ ਹੈ ਜਦਕਿ ਸਾਡੇ ਕੋਲ ਰੁਜ਼ਗਾਰ ਤਾਂ ਪਹਿਲਾਂ ਹੀ ਨਹੀਂ ਸੀ ਪਹਿਲਾਂ ਹੀ ਅਸੀਂ ਵਿਹਲੇ ਬੈਠੇ ਸੀ ਲੋਕਡਾਊਨ ਜਿਹਨੇ ਤਾਂ ਸਾਡਾ ਹੋਰ ਲੱਕ ਤੋੜ ਕੇ ਰੱਖਤਾ ਬਿਲਕੁਲ ਹੀ ਰਹਿੰਦੀ ਗੱਲ ਪੰਜਾਬ ਦੇ ਵਿੱਚ ਹੁਣ ਸਰਕਾਰ ਨੇ ਨਵਾਂ ਫਰਮਾਨ ਜਾਰੀ ਕਰਤਾ ਇੱਕ ਨਵਾਂ ਹੁਣ ਫਿਰ ਲੋਕਡਾਊਨ ਕਰਤਾ ਕੰਮ ਤਾਂ ਸਾਡੇ ਪਹਿਲਾਂ ਹੀ ਨਹੀਂ ਚੱਲੇ ਸੀ ਹੁਣ ਐਂ ਵੀ ਚਲੋ ਮਾੜਾ ਮੋਟਾ ਕੋਈ ਰੁੜਨ ਲੱਗਿਆ ਸੀ ਕੰਮ ਅੱਜ ਫਿਰ ਸਾਡਾ ਦੁਬਾਰ ਤੋਂ ਫਿਰ ਲੋਕਡਾਊਨ ਸਰਕਾਰ ਕਰ ਰਹੀ ਹੈ ਸਾਡੇ 6 ਵਜੇ ਨੂੰ ਸਾਡੀਆਂ ਦੁਕਾਨਾਂ ਪੁਲਿਸ ਵਾਲੇ ਐਂ ਬੰਦ ਕਰਵਾਉਣ ਆਉਂਦੇ ਨੇ ਜਿਵੇਂ ਕੋਈ ਅਸੀਂ ਚੋਰ ਹੋਈਏ ਐਂ ਆ ਕੇ ਹੂਟਰ ਮਾਰਦੇ ਨੇ ਵੀ ਦੁਕਾਨਦਾਰ ਅੱਧੇ ਦਾ ਵਿਚਾਰੇ ਵਿੱਚ ਹੀ ਕੰਮ ਛੱਡ ਕੇ ਗਾਹਕ ਨੂੰ ਫਟਾਫਟ ਬਾਹਰ ਕੱਢਣਾ ਪੈਂਦਾ ਜੀ ਸਾਡਾ ਜੀ ਸਰਕਾਰ ਦੇ ਖਿਲਾਫ਼ ਹੈ ਕਿਉਂਕਿ ਸਰਕਾਰ ਵਿੱਚ ਪਵੇ ਸਕੂਲਾਂ ਨੂੰ ਕਹੇ ਇੰਨੇ ਕੋਈ ਪ੍ਰਾਈਵੇਟ ਸਕੂਲ ਸਰਕਾਰ ਤੋਂ ਬਾਹਰ ਨਹੀਂ ਹੁੰਦੇ ਹਰ ਇੱਕ ਚੀਜ਼ ਸਰਕਾਰ ਦੇ ਅੰਡਰ ਆਉਂਦੀ ਹੈ ਉਹ ਉਹਨਾਂ ਨੂੰ ਕਵੇ ਵੀ ਮਾਂ ਬਾਪ ਇਸ ਟਾਈਮ ਬਹੁਤ ਕਰੋਨਾ ਸੰਕਟ ਦੀ ਘੜੀ ਵਿੱਚ ਗੁਜ਼ਰ ਰਹੇ ਨੇ ਆਰਥਿਕ ਪੱਖੋਂ ਅਸੀਂ ਬਹੁਤ ਤੰਗ ਹਾਂ ਅਸੀਂ ਸਰਕਾਰ ਤੋਂ ਫਿਰ ਪਰਜ਼ੋਰ ਮੰਗ ਕਰਦੇ ਹਾਂ ਵੀ ਸਾਨੂੰ ਸਾਡੇ ਬੱਚਿਆਂ ਦੀਆਂ ਸਕੂਲਾਂ ਫੀਸਾਂ ਇੱਕ ਸਾਲ ਦੀਆਂ ਫੀਸਾਂ ਮਾਫ਼ ਕਰਵਾਈਆਂ ਜਾਣ ਜਦੋਂ ਤੱਕ ਇਹ ਕਰੋਨਾ ਸੰਕਟ ਦਾ ਹੱਲ ਨਹੀਂ ਹੁੰਦਾ ਜਦੋਂ ਕਿ ਇਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਤਾਂ ਇਹ ਮਦਦ ਕਰ ਹੀ ਰਹੇ ਨੇ ਜੋ ਅਸੀਂ ਕੀ ਇਹਨਾਂ ਨੂੰ ਟੈਕਸ ਨਹੀਂ ਦਿੰਦੇ ਹੈਗੇ ਹਰ ਤਰ੍ਹਾਂ ਦੀ ਅਸੀਂ ਸਰਕਾਰ ਦੀ ਮਦਦ ਕਰਦੇ ਹਾਂ ਹਰ ਉੱਨਤੀ ਸਰਕਾਰ ਦੀ ਉੱਨਤੀ ਦੇ ਵਿੱਚ ਮੱਧ ਵਰਗ ਦਾ ਸਭ ਤੋਂ ਵੱਧ ਹਿੱਸਾ ਹੁੰਦਾ ਹੈ ਪ੍ਰਾਈਮ ਮੋਦੇ ਲਈ ਸੰਗਰੂਰ ਤੋਂ ਗਗਨਦੀਪ ਸਿੰਘ ਦੀ ਰਿਪੋਰਟ